ਇਹ ਦਿਲ ਦਿਓ ਇਨਸਾਨ ਹੈ। ਇਹਨਾਂ ਨੇ ਇੱਕ ਰਿਕਸ਼ੇ ਵਾਲੇ ਤੋਂ ਲੈ ਕੇ ਇੱਕ ਮਜ਼ਦੂਰ ਤੋਂ ਲੈ ਕੇ ਇਹਨਾਂ ਨੇ ਜਿਹੜਾ ਪੁੱਲ ਬਣਾਇਆ ਨਾ ਉੱਥੇ, ਉਹ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਸੁਣ ਸਕਦੇ। ਸੋ ਮਾਤਾ ਚਿੰਤਪੁਰਨੀ ਦਾ ਬਹੁਤ ਵੱਡੇ ਭਗਤ ਨੇ, ਮੇਰੀ ਜਾਨ ਵੀ ਇਹਨਾਂ ਵਾਸਤੇ ਆ। ਤੁਸੀਂ ਕਿਹਾ ਜਿੱਤੇ ਪਏ ਆ, ਵੈਸੇ ਮਜ਼ਾ ਲੁੱਟਣ ਵਾਸਤੇ ਆ। ਜਿੰਨੇ ਰੁੱਖ ਓਨੇ ਮਨੁੱਖ, ਕਿਉਂਕਿ ਬਾਅਦ ਚ ਉਹਨਾਂ ਨੇ ਕਹਿਣਾ ਵੀ ਪਾਣੀ ਹੈ ਨੀ ਗਾ, ਬੱਤੀ ਹੈ ਨੀ ਗੀ, ਤੁਹਾਡੀ ਆਉਣ ਵਾਸਤੇ ਮੇਰੀ ਜ਼ਰੂਰਤ ਨੀ ਪਈ ਕਿ ਮੈਂ ਹੱਲਾ, ਕਿਉਂਕਿ ਮੈਂ ਇਹਨਾਂ ਦੀ ਪੈਰ ਦੀ ਜੁੱਤੀ ਹੈ। ਮੇਰੇ ਵੱਡੇ ਭਰਾ, ਮੇਰੀ ਜਾਨ ਹੈ, ਪਰ ਇਹ ਬਹੁਤ ਵਧੀਆ ਇਮਾਨਦਾਰ ਬੰਦੇ, ਇਹਨਾਂ ਵਰਗੇ ਦੁਨੀਆਂ ਚ ਇਮਾਨਦਾਰ ਨਹੀਂ ਹੋਣਾ। ਅਸੀਂ ਇਹਨਾਂ ਦੇ ਬੱਚੇ ਆ, ਜੇ ਹੁਣੀ ਕਹਿਣਗੇ ਹੁਣੀ ਫਾਇਲ ਪਾੜ ਕੇ ਸੁੱਟ ਦਾਂਗੇ। ਦੇਖੋ ਜੀ, ਜਲੰਧਰ ਦੀ ਜਿਮਨੀ ਚੋਣ ਦੇ ਵਿੱਚ ਅੱਜ ਨੀਟੂ ਸ਼ਟਰਾਂ ਵਾਲੇ ਨੇ ਨਾਮਜ਼ਦਗੀ ਭਰੀ ਹੈ। ਸਾਡੇ ਨਾਲ ਨੀਟੂ ਸ਼ਟਰ। ਨੀਟੂ ਜੀ, ਤੁਸੀਂ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਕਿਹਾ ਸੀ ਮੈਂ ਹੁਣ ਇਲੈਕਸ਼ਨ ਨਹੀਂ ਲੜਾਂਗਾ, ਹੁਣ ਮੈਂ ਆਪਣੀਆਂ ਫਿਲਮਾਂ ਵੱਲ ਧਿਆਨ ਦਿੱਤਾ ਜਾਏਗਾ, ਫਿਰ ਤੁਸੀਂ ਇਲੈਕਸ਼ਨ ਕਿਹੜੇ ਲੜਨੇ? 1875 ਬੰਦਿਆਂ ਨੇ ਫੋਨ ਆਏ ਮੈਨੂੰ, ਕਹਿੰਦੇ ਵੀ ਤੂੰ ਕਿੱਦਾਂ ਕਹਿਸਦਾ, ਅਸੀਂ ਤਾਂ ਵੋਟ ਤੈਨੂੰ ਇਮਾਨਦਾਰੀ ਦੀ ਪਾਈ ਆ, ਨਾ ਪੈਸਾ ਲਿਆ ਨਾ ਤੇਰੇ ਤੋਂ ਪਾਣੀ ਪੀਤਾ, ਫਿਰ ਤੂੰ ਕਿੱਦਾਂ ਕਹਿੰਦਾ ਵੀ ਤੂੰ ਨਹੀਂ ਖੜਾ ਹੋਣਾ, ਤੈਨੂੰ ਖੜਾ ਹੋਣਾ ਪੈਣਾ। ਔਰ ਸਾਰਿਆਂ ਲੋਕਾਂ ਨੇ ਮੇਰੀ ਦੁੱਗਲ ਚਾਂਪ ਵਾਲੇ, ਦੁੱਗਲ ਮੋਬਾਈਲ ਵਾਲੇ ਵੀ ਹੋ ਗਏ, ਔਰ ਸਾਰੇ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ। NRI ਵੀਰਾਂ ਨੇ ਵੀ ਪੈਸੇ ਭੇਜੇ, 100 ਰੁਪਇਆ ਕਿਸੇ 200, ਕਿਸੇ 500 ਭੇਜਿਆ, ਲੋਕਾਂ ਨੇ 10-10 ਰੁਪਏ ਇਕੱਠੇ ਕਰਕੇ ਮੈਨੂੰ 5,000 ਰੁਪਏ ਦਿੱਤਾ ਜਿਹੜਾ ਮੈਂ ਤੁਹਾਨੂੰ ਦਿਖਾਇਆ। ਇਹ ਲੋਕਾਂ ਦਾ ਪਿਆਰ ਹੈ, ਲੋਕਾਂ ਦੀਆਂ ਵੋਟਾਂ ਵਾ। ਜੇ ਮੈਨੂੰ ਇੱਦਾਂ ਲੱਗਦਾ ਜਿਵੇਂ ਮੈਂ ਜਿੱਤ ਜਾਣਾ, ਮੈਨੂੰ ਲੱਗਦਾ ਪਿਆ ਬਾਕੀ ਪਾਰਟੀਆਂ ਹਾਰ ਜਾਣੀਆਂ, ਪਰ ਮੈਂ ਪਹਿਲਾਂ ਰੱਬ ਦਾ ਨਾਮ ਲਊਂਗਾ ਜੀ। ਤੇਰੀ ਗੱਲ, ਇੱਕ ਗੱਲ ਮੈਂ ਇੱਥੇ ਟੱਕਦਾ, ਤੂੰ ਇੰਨੀ ਗੱਲ ਜਿਮਨੀ ਚ ਕਦੋਂ ਲੋਕ ਸਭਾ ਚੋਣਾਂ ਦੇ ਵਿੱਚ ਤੂੰ ਸਿੱਧਾ ਕਹਿ ਦਿੱਤਾ ਸੀ ਮੈਂ ਮੇਰੇ ਪਰਿਵਾਰ ਦੇ ਨਾਲ ਹੁਣ ਮੈਂ ਆਪਣੇ ਕੰਮਾਂ ਵੱਲ ਧਿਆਨ ਦੇਵਾਂਗਾ, ਹੁਣ ਬਿਲਕੁਲ ਇਲੈਕਸ਼ਨ ਕਿਹੜਿਆ ਮੈਂ ਬਿਲਕੁਲ ਨਹੀਂ ਲੜਾਂਗਾ, ਫਿਰ ਇੱਕੋ ਦਮ ਨੀਟੂ ਕਿਉਂ ਇਲੈਕਸ਼ਨ ਵੱਲ ਧਿਆਨ ਦਿੱਤਾ? ਉਹ ਵੀ ਤੁਹਾਨੂੰ ਦੱਸਦਾ, ਇਹ ਲੋਕਾਂ ਦਾ ਲੋਕਤੰਤਰ ਹੈ, ਲੋਕਾਂ ਦਾ ਮੰਤਰ ਹੈ, ਲੋਕਾਂ ਦਾ ਤੰਤਰ ਹੈ, ਲੋਕਾਂ ਦੀ ਸੋਚ ਹੈ। ਜੇ ਮੈਨੂੰ ਖੜਾ ਕਰਨਗੇ ਤਾਂ ਮੈਂ ਖੜਾ ਹੋਊਂਗਾ, ਮੈਂ ਪਹਿਲਾਂ ਰੱਬ ਦਾ ਨਾਮ ਲਊਂਗਾ, ਬਾਕੀ ਗੱਲਾਂ ਬਾਤ ਕਰੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਭਗਵਾਨ ਵਾਲਮੀਕ, ਜੈ ਗੁਰੂ ਰਵਿਦਾਸ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ, ਹਾਲਾ ਲੋਈਆ, ਗੌਂਸ ਪਾ, ਖੁਸ਼ੀਆਂ ਦੇ ਵਾਲਾ ਤਾਲਾ, ਸਭ ਨੂੰ ਖੁਸ਼ ਰੱਖੇ। ਤੂੰ ਹੀ ਨਿਰੰਕਾਰ, ਮੈਂ ਤੇਰੀ ਸ਼ਰਨਾ, ਮੈਨੂੰ ਬਖਸ਼ ਲਓ। ਧੰਨ ਕਬੀਰ, ਜੈ ਕਬੀਰ। ਸੋ ਜਕਾਰਾ ਮਾਂ ਚਿੰਤਪੁਰਨੀ ਜੀ ਦਾ ਬੋਲ ਸੱਚੇ ਦਰਬਾਰ ਕੀ, ਜਕਾਰਾ ਬਾਬਾ ਸਾਈਆਂ ਦਾ ਬੋਲ ਸੱਚੇ ਦਰਬਾਰ ਕੀ। ਹੁਣ ਗੱਲਾਂ ਵੱਲ ਧਿਆਨ ਦਈਏ ਤੇ KD ਭੰਡਾਰੀ ਅੱਜ BJP ਦੇ ਨਾਮਜ਼ਦਗੀ ਭਰਨ ਆਏ, ਤੁਸੀਂ ਉਹਨਾਂ ਨੂੰ ਕਿਹਾ ਮੈਂ BJP ਹੁਣ ਜਿੱਤ ਕਿਹੜੀ ਆ ਉਹ ਵੈਸਟ ਹਲਕੇ ਦੀ ਜਿੱਤਣ? ਨਹੀਂ, ਮੈਂ ਤਾਂ ਕਹਿੰਦਾ ਕਾਂਗਰਸ ਜਿੱਤੇ, ਅਕਾਲੀ ਦਲ ਵੀ ਜਿੱਤੇ, ਬਹੁਜਨ ਸਮਾਜ ਪਾਰਟੀ ਵੀ ਜਿੱਤੇ, ਮੈਂ ਵੀ ਜਿੱਤਾਂ, ਸਾਰੇ ਜਿੱਤਣ, ਹਾਰਨ ਦਾ ਕੋਈ, ਸਾਰੇ ਜਿੱਤਣ, ਫਿਰ ਰਹਿ ਕੌਣ ਜਾਏ? ਤੇ ਹੁਣ ਰੱਬ ਨੇ ਟਿਕਟ ਦੇਣੀ ਉਹਨੂੰ ਬੰਦੇ ਨੂੰ ਅੱਗੇ ਲੈ ਕੇ ਆਉਣਾ ਨਾ। ਨੀਟੂ ਕੋਈ ਵੀ ਦੇਖ ਲੈਂਦਾ, ਭਾਵੇਂ ਚਰਨਜੀਤ ਸਿੰਘ ਚੰਨੀ ਦੇਖ ਲੈਂਦਾ ਤੇ ਉਹਨੂੰ ਵੀ ਕਹਿ ਦੇਣੀ। ਦੇਖੋ ਇਲੈਕਸ਼ਨ ਆਪਣੀ ਜਗ੍ਹਾ ਤੇ ਆ, ਸਭ ਤੋਂ ਪਹਿਲਾਂ ਆਪਾਂ ਇਨਸਾਨ ਹੈ, ਜੇ ਇਨਸਾਨ ਦੀ ਇਨਸਾਨ ਨੇ ਗੱਲ ਨਾ ਕੀਤੀ ਫਾਇਦਾ ਕੀ ਹੈਗਾ? ਠੀਕ ਹੈ ਨਾ, ਆਪਾਂ ਇਨਸਾਨ ਮੰਨਦੇ ਹਾਂ, ਠੀਕ ਆ, ਪੋਲੀਟਿਕਸ ਹੋਣਗੇ, ਆਪਣੀ ਮੰਤਰੀ ਹੋਣਗੇ, ਸੰਤਰੀ ਹੋਣਗੇ, ਆਪਣੀ ਜਗ੍ਹਾ, ਪਰ ਜਿਹੜਾ ਚੰਨੀ ਸਾਹਿਬ ਨਾਲ ਮੇਰਾ ਪਿਆਰ ਆ, ਉਹ ਰੱਬ ਵਰਗਾ ਪਿਆਰ ਆ। ਉਹ ਇੰਨੇ ਵਧੀਆ ਸ਼ਰੀਫ ਬੰਦੇ ਆ ਕਿ ਮੇਰਾ ਦਿਲ ਕਰਦਾ ਮੈਂ ਪ੍ਰਧਾਨ ਮੰਤਰੀ ਨਾ ਬਣਾ, ਚੰਨੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾ ਦਵਾਂ। ਕਿਉਂਕਿ ਦੇਖੋ ਜਿਹੜਾ ਬੰਦਾ ਕੁਆਲਿਟੀ ਵਾਲਾ ਬੰਦਾ ਉਹ ਕੀ ਆਣ ਚਾਹੀਦਾ? ਪ੍ਰਧਾਨ ਮੰਤਰੀ ਤੁਸੀਂ ਚੰਨੀ ਨੂੰ ਬਣਾਉਣਾ ਤੇ ਫਿਰ ਤੁਹਾਨੂੰ ਕਿਉਂ ਇਲੈਕਸ਼ਨ ਲੜਨ ਦੀ? ਮੈਂ ਤਾਂ ਫਿਰ 4 ਘੰਟੇ ਵਾਸਤੇ ਬਣਨਾ, ਬਾਕੀ ਦਿਨ ਉਹਨਾਂ ਨੂੰ ਬਣਾ ਦੇਣਾ। ਸਿਰਫ ਮੈਂ 4 ਘੰਟੇ ਵਾਸਤੇ, ਮੇਰੀ ਉਮੀਦ ਆ, ਮੇਰਾ ਤਾਂ ਸੁਪਨਾ ਸੀਗਾ ਕਿ ਮੈਂ ਮੋਦੀ ਸਾਹਿਬ ਨਾਲ ਫਿਲਮ ਬਣਾਵਾਂ,
ਇੱਕ ਫਿਲਮ ਦਾ ਨਾਮ ਰੱਖਿਆ ਜਾਏ ਵੋਟਾਂ 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 ਕਿਹਨੂੰ ਪਾਉਂਗੀਆਂ, ਤੇ ਪੈਸੇ ਸਾਰੇ ਮੋਦੀ ਸਾਹਿਬ ਲਾਣ, ਭਾਵੇਂ ਹੀਰੋ ਬਣ ਜਾਣ ਭਾਵੇਂ ਮੈਂ ਬਣ ਜਾ, ਉਹ ਕੋਈ ਗੱਲ ਨਹੀਂ, ਪਰ ਵੋਟਾਂ ਦੀ ਫਿਲਮ ਬਣਾਉਣੀ ਸੀ ਮੋਦੀ ਸਾਹਿਬ ਨਾਲ, ਸੁਪਨਾ ਰਹਿ ਗਿਆ। ਕੀ ਮੁੱਦੇ ਸੀ ਤੁਹਾਡੇ, ਕਿਹੜੇ ਤੁਸੀਂ ਮੁੱਦੇ ਲੈ ਕੇ? ਪਾਣੀ ਗੰਦਾ ਵਾ, ਪਾਣੀ ਆ ਨਹੀਂ ਰਿਹਾ, ਸੀਵਰਾਂ ਦੀ ਬਹੁਤ ਸਮੱਸਿਆ ਵਾ, ਤੇ ਬਿਜਲੀ ਦੀ ਸਮੱਸਿਆ ਰਹਿੰਦੀ ਉੱਥੇ, ਬਹੁਤ ਸਾਰੇ ਮੁੱਦੇ ਉੱਥੇ, ਔਰ ਲੋਕੀ ਉੱਥੇ ਮਤਲਬ ਕਿ ਵਾਰਦਾਤਾਂ ਵੀ ਕਈ ਹੋਈਆਂ ਔਰ ਕਈ ਹੋ ਰਹੀਆਂ, ਉਹਨਾਂ ਨੂੰ ਰੋਕਣ ਵਾਸਤੇ ਨੀਟੂ ਸ਼ਟਰਾਂ ਵਾਲਾ ਇੱਕ ਬੰਦਾ ਵਾ ਜਿਹੜਾ ਇਮਾਨਦਾਰ ਆ, ਜਿਹੜਾ ਕੈਂਡੀਡੇਟ ਵਧੀਆ ਵਾ, ਕਿ ਜਿਹੜਾ ਵੋਟਾਂ ਪਾ ਕੇ ਲੋਕਾਂ ਦੇ ਹੱਕਾਂ ਦੀ ਗੱਲ ਕਰੂਗਾ। ਮੈਂ ਇਮਾਨਦਾਰ ਹੈਗਾ, ਹੁਣ ਸੁਸ਼ੀਲ ਰਿੰਕੂ ਕੋ ਹਜ਼ਾਰ ਜੋ ਪੈਸੇ ਵੀ ਲੈ ਰਿਹਾ, ਇੱਥੇ ਫੰਡ ਦਿੱਤਾ ਆਪਣੀ ਮਰਜ਼ੀ ਦਿੱਤਾ, ਮੈਂ ਜੇਬ ਚੋਂ ਤਾਂ ਨਹੀਂ ਕੱਢਿਆ ਕਿਸੇ ਦੇ ਫੰਡ, ਜਿਹਨੇ 5 ਰੁਪਏ ਦਿੱਤੇ ਮੈਂ ਵੀ ਲਏ, 2 ਰੁਪਏ ਦਿੱਤੇ ਇੱਕ ਬੰਦੇ ਨੇ ਮੈਂ ਵੀ ਲਏ, ਕਿਉਂਕਿ ਜਿੰਨੇ ਜਿਹਨੇ ਦੇ ਰਿਹਾ ਮੈਂ ਤਾਂ ਜੇਬ ਤਾਂ ਨਹੀਂ ਨਾ ਕੱਢ ਸਕਦਾ ਕਿਸੇ ਦੀ, ਜੋ ਇਮਾਨਦਾਰੀ ਦਾ ਪੈਸਾ 10-9 ਦੀ ਕਮਾਈ ਆ ਉਹਨਾਂ ਲੋਕਾਂ ਨੇ ਮੈਨੂੰ ਦਿੱਤੇ, ਤੇ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਜੀ, ਉਹਨਾਂ ਨੇ 10-10 ਰੁਪਏ ਕੱਟ ਕਰਕੇ ਮੈਨੂੰ ਦਿੱਤੇ ਅੱਜ, ਤੇ ਮੈਂ ਉਹਨਾਂ ਦਾ ਇਕੱਲੇ ਕਰੇ ਦਾ ਕੰਮ ਵੀ ਕਰੂੰਗਾ। ਵੈਸਟ ਹਲਕੇ ਚੋਂ ਕਿੰਨੀ ਉਮੀਦ ਲਾਉਂਦੇ ਹੋ? ਲੋਕ ਸਭਾ ਚ 1800 ਪਈ ਸੀ, ਹੁਣ ਵੈਸਟ ਹਲਕੇ ਚੋਂ ਕਿੰਨੀ ਵੋਟ ਪਏਗੀ? ਮੈਂ ਕਹਿੰਦਾ ਮੈਨੂੰ ਕੁਰਸੀ ਉਦਾਂ ਹੀ ਦੇ ਦਿਓ, ਚੰਗੇ ਰਹੂੰਗੇ, ਜਿੱਤ ਕੇ ਜੋ ਦੇਣੀ ਆ, ਬਾਅਦ ਚੋਂ ਮੈਂ ਜਿਤਨਾ ਪਹਿਲਾਂ ਹੀ ਮੈਨੂੰ ਜਿਤਾ ਦੋ ਵੀ ਆ ਜਾ ਭਰਾ ਬਹਿ ਜਾ। ਕਿੰਨੀ ਵੋਟਾਂ ਲੈ ਜਾਊਗਾ ਨੀਤੂ? ਦੇਖੋ ਮੈਂ ਤਿੰਨ ਚਾਰ ਵੋਟਾਂ ਤੇ ਜਿੱਤੂਗਾ ਨਾ। ਤਿੰਨ ਚਾਰ ਵੋਟਾਂ ਸਿਰਫ, ਕਿਉਂਕਿ ਬੰਦੇ ਬਹੁਤ ਜ਼ਿਆਦਾ, ਕੈਂਡੀਡੇਟ ਬਹੁਤ ਜ਼ਿਆਦਾ ਗਏ। ਕਿੰਨੇ ਕੈਂਡੀਡੇਟ ਹੁੰਦੇ? ਕਾਫੀ ਹੋ ਗਏ ਕੈਂਡੀਡੇਟ। ਇਸ 4 ਵੋਟਾਂ ਤੈਨੂੰ ਮਿਲਣਗੇ? 3 ਵੋਟਾਂ ਤੋਂ ਮੈਂ ਜਿੱਤੂਗਾ, 5 ਵੋਟਾਂ 3 ਵੋਟਾਂ ਤੇ ਜਿੱਤੂਗਾ ਬਸ।